ਬਿਆਦਵੀ ਕਰਨ ਵਾਲੇ ਨੇ ਜਿਹੜੇ ਅਸਲ ਮੁਲਜ਼ਮ ਨੇ ਉਹਨਾਂ ਦਾ ਇੱਕ ਟੈਸਟ ਹੋਣਾ ਚਾਹੀਦਾ ਟੈਸਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇੱਕ ਮਸ਼ੀਨ ਦੇ ذریعے ਉਸ ਦੇ ਵਿੱਚ ਉਹਨੂੰ ਭਾਇਆ ਜਾਏਗਾ ਅਗਰ ਜੇ ਝੂਠ ਬੋਲ ਰਿਹਾ ਤਾਂ ਉਸ ਦਾ ਸੱਚ ਫੜਿਆ ਜਾਏਗਾ ਅਗਰ ਜੇ ਸੱਚ ਬੋਲ ਰਿਹਾ ਤਾਂ ਉਸ ਦੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ ਇਹ ਕੌਣ ਨੇ ਇਹ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗਾ ਕਿਸ ਕਦਰ ਨੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਸਾਰੇ ਇਹਨਾਂ ਨੂੰ ਸਾਡੀ ਜਨ ਤੋਂ ਵੀ ਪਿਆਰੇ ਆ ਜਦੋਂ ਉਹਨਾਂ ਨੂੰ ਬਿਆਦਵੀ ਦੀ ਰੋਕਣਾ ਹੋਵੇ ਜੇ ਬਿਆਦਵੀ ਦਾ ਇਨਸਾਫ ਕਰਨਾ ਹੋਵੇ ਤਾਂ ਫਿਰ ਸਾਰਿਆਂ ਨੂੰ ਲਈ ਚੈੱਕ ਕਰਾਉਣਾ ਚਾਹੀਦਾ ਹੈ ਜਦੋਂ ਕਿਸੇ ਘਰ ਵਾਲੇ ਮਰ ਗਏ ਇੱਕ ਔਰਤ ਮਰ ਗਈ ਉਹਦੇ ਬੰਦੇ ਦਾ ਸ਼ੱਕ ਹੋ ਗਿਆ ਵੀ ਬੰਦੇ ਨੇ ਵੀ ਮਾਰੀ ਹੋ ਸਕਦੀ ਹੈ ਤੇ ਅਸੀਂ ਕਿਸੇ ਕਿਸੇ ਦੇ ਸ਼ੱਕ ਕਿਉਂ ਨਾ ਕਰੀਏ ਐਡਵੋਕੇਟ ਦੇ ਤੌਰ ਤੇ ਕਿਹੜੇ ਕਿਹੜੇ ਬੰਦੇ ਨੇ ਤੁਸੀਂ ਉਹਨਾਂ ਨੂੰ ਜਾ ਕੇ ਜਾਂ ਤੁਸੀਂ ਸੰਮਨ ਭੇਜਣ ਦੀ ਕੋਸ਼ਿਸ਼ ਕਰੋਗੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਕੋਰਟ ਦੀ ਲੜਾਈ ਲੜਨ ਦੀ ਕੋਸ਼ਿਸ਼ ਕਰੋਗੇ ਤਾਂ ਕਿਹੜੇ ਕਿਹੜੇ ਨਾਮ ਨੇ ਆ ਸਾਹਮਣੇ ਆ ਸਕਦੇ ਨੇ ਜਿਹੜੇ ਸਿੱਖ ਸੰਗਤ ਆਏ ਭਾਰ ਲੈਂਦੀ ਵੀ ਆ ਤੁਸੀਂ ਕਿਹੜੇ ਚਾਹੁੰਦੇ ਹੋ ਕਿ ਕਿਹੜੇ ਨੇ ਸਾਹਮਣੇ ਆਣਗੇ ਜਦੋਂ ਬੇਅਦਬੀ ਹੁੰਦੀ ਹੈ ਇਹ ਤੇ ਪੰਜਾਬ ਚ ਹੀ ਹੁੰਦੀ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਪਤਾ ਹੈ ਵੀ ਬੇਅਦਵੀ ਕਰਿਆਂ ਕਿਸੇ ਮੁੱਦੇ 'ਤੇ ਧਿਆਨ ਭਟਕਾਇਆ ਜਾ ਸਕਦਾ ਹੈ ਬੇਅਦਵੀ ਕਰਿਆਂ ਕਿਸੇ ਪਾਰਟੀ ਨੂੰ ਨੀਵਾਂ ਵਿਖਾਇਆ ਜਾ ਸਕਦਾ ਹੈ ਬੇਅਦਵੀ ਕਰਿਆਂ ਸਾਡੀ ਸਰਕਾਰ ਬਣਾਈ ਜਾ ਸਕਦੀ ਹੈ ਉਦੋਂ ਜਿਹੜਾ ਹੈ ਨਾ ਇਹ ਬੇਅਦਵੀਆਂ ਦੇ ਪਿੱਛੇ ਕੋਈ ਨਾ ਕੋਈ ਪੋਲੀਟੀਕਲ ਮੋਟਿਵ ਹੈ ਸਰ ਜੀ ਨਾਮ ਲੈਣਾ ਚਾਹੋਗੇ ਜਾਂ ਅਬ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਮੈਂ ਕਿਸੇ ਕਿਸ ਕਿਸ ਦੇ ਟੈਸਟ ਹੋਣਗੇ ਜ਼ਿਆਦਾਤਰ ਸਿਕਮ ਕਿਹਨਾਂ ਨੂੰ ਨੇ ਨੀਆ ਰਾਜਨੀਤਿਕ ਪਾਰਟੀਆਂ ਮੈਂ ਸਾਰਿਆਂ ਤੇ ਸ਼ੱਕ ਕਰਦਾ ਹੈ ਮੈਂ ਕਹਿੰਦਾ ਅਮਰਿੰਦਰ ਸਿੰਘ ਬਦਲ ਨੂੰ ਬੰਦਨਾਮ ਕਰਨ ਵਾਸਤੇ ਕਿਉਂ ਨਹੀਂ ਕਰਵਾ ਸਕਦਾਗਾ ਬੇਅਦਵੀ ਸਰਕਾਰ ਸੀ ਨਾ ਉਹਦੇ ਬਦਲ ਦੀ 10 ਸਾਲ ਸਰਕਾਰ ਹੈਗੀ 10 ਸਾਲ ਦੀ ਸਰਕਾਰ ਨੂੰ ਤੋੜਨ ਵਾਸਤੇ ਕੀ ਕਾਂਗਰਸ ਪਾਰਟੀ ਬੇਅਦਵੀ ਨਹੀਂ ਕਰਾ ਸਕਦੀ ਕੋਈ ਤੱਕ ਕਿਹਨਾਂ ਨਾਲ ਗੱਲ ਹੋਈ ਤੁਹਾਡੀ ਕਿਹਨਾਂ ਨੂੰ ਕਿਹਾ ਵੀ ਆ ਟੈਸਟ ਕਰੋ ਮੈਂ ਇਹ ਜਿਹੜੀ ਮੇਰੀ ਟੈਲੀਫੋਨਿਕਲੀ ਗੱਲ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਹੈ ਨਾ 40 ਕਿ ਮੈਂਬਰਾਂ ਨਾਲ ਗੱਲ ਹੋਈ ਹੈ ਇਹ ਜਿਹੜੀਆਂ ਸੱਟ ਨੇ ਉਹਨਾਂ ਦੇ ਵਿੱਚ ਜਿਹੜੀ ਜਾਂਚ ਕੀਤੀ ਗਈ ਹੈ ਉਹਨਾਂ ਦੇ ਵਿੱਚ ਜਿਹੜੀਆਂ ਨਾਮ ਆਈ ਜਾਂਦੇ ਨੇ ਜਿਵੇਂ ਸੁਮੇਲ ਸੈਣੀ ਦਾ ਹੁੰਦਾ ਹੈ ਉਹਨੂੰ ਲਗਾਤਾਰ ਸਮਣ ਭੇਜਦੀ ਹੈ ਵਕ ਵਕਤ ਜਿਹੜੇ ਲੀਡਰ ਇਹਨਾਂ ਨੇ ਵੀ ਸਮਝ ਜਾਂਦੇ ਨੇ ਤੁਸੀਂ ਫਿਰ ਨਾਮ ਲੈਣ ਤੋਂ ਗੁਰੇਜ਼ ਕਿਉਂ ਕਰਦੇ ਹੋ ਇਹ ਮੁਹਿੰਮ 12 ਤਰੀਕ ਤੋਂ ਸ਼ੁਰੂ ਕੀਤੀ ਹੈ ਔਰ ਜਦੋਂ ਇਹਨੂੰ ਮੈਂ ਅੱਗੇ ਲੈ ਕੇ ਜਾਵਾਂਗਾ ਹੁਣ 12 ਤੋਂ ਅੱਜ ਕਿੰਨੀ ਹੋਈ 14 ਤਿੰਨ ਦਿਨ ਤਾਂ ਹੋਇਆ ਇਸ ਗੱਲ ਤੋਂ ਤਿੰਨ ਦਿਨਾਂ ਦੇ ਵਿੱਚ ਮੈਂ ਇਹਨੇ ਲੋਕਾਂ ਨੂੰ ਮਿਲਿਆ ਬਾਕੀ ਸਾਰੇ ਲੋਕਾਂ ਕੋਲ ਜਾਵਾਂਗਾ ਮੈਂ ਇਕਲੀਦਲ ਬਾਦਲ ਕੋਲੀ ਵੀ ਜਾਵਾਂਗਾ ਸੁਖਬੀਰ ਕੋਲੀ ਵੀ ਜਾਵਾਂਗਾ ਤੇ ਅਮਰਿੰਦਰ ਕੋਲੀ ਵੀ ਜਾਵਾਂਗਾ ਸਾਰਿਆਂ ਦੇ ਬੂਹੇ ਤੇ ਜਾਵਾਂਗਾ ਉੱਥੇ ਬੈਠਾਂਗਾ ਜੇ ਨਾ ਉਹ ਧਰਨਾ ਆਏ ਉਹ ਕਰਨਗੇ ਤਾਂ ਮੋਂਹਾਂ ਦੇ ਧਰਨਾ ਲਾਵਾਂਗਾ ਕੀ ਲੱਗਦਾ 328 ਰੁਪਏ ਵੀ ਗਾਇਬ ਹੋਏ ਨੇ ਉਹਨਾਂ ਦਾ ਵੀ ਲਗਾਤਾਰ ਮੰਗਿਆ ਫਿਰ ਉਹ ਕਿੱਥੋਂ ਮਿਲਣਗੇ ਫਿਰ ਉਹਨਾਂ ਦਾ ਕਿਵੇਂ ਟੈਸਟ ਹੋਏਗਾ ਉਹ ਫਿਰ ਤੁਸੀਂ ਕਿਸ ਨੂੰ ਦੇਖੋ 11 ਦੇ ਵਿੱਚ ਸ੍ਰੋਮਣੀ ਕਮੇਟੀ ਦੇ ਇਲੈਕਸ਼ਨ ਹੋਏ ਸੀਗੇ 16 ਚ ਇਲੈਕਸ਼ਨ ਦੁਆਰਾ ਹੋਏ ਸੀਗੇ ਤੇ ਸਾਰਿਆਂ ਨੂੰ ਦਿੰਦਾ ਸੀ ਵੀ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਹੋਏਗੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਕਿ ਜਿਹੜੇ ਵਿਰੋਧੀ ਧੜੇ ਹੁੰਦੇ ਰਣਜੀਤ ਸਿੰਘ ਜਿਹਦਾ ਜੱਥੇਦਾਰ ਹੈ ਜਿਹੜਾ ਨੇ ਉਹਨੇ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਕਰਨਾ ਚੁਣੂ ਹਟਾ ਕੇ ਉਹ ਵੀ ਕਰਵਾ ਸਕਦੇ ਆ ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਤੁਹਾਡੇ ਨਾਲ ਜਗਸੀਰ ਸਿੰਘ ਕੌਮਨ ਸਾਫ ਮੋਰਚਾ ਲਗਾਤਾਰ ਚੰਡੀਗੜ੍ਹ ਬਾਰਡਰ ਤੇ ਚੱਲਦਾ ਨਜ਼ਰ ਆ ਰਿਹਾ ਤਾਂ ਸਿੱਖ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਮੋਰਚੇ ਲਗਾਵਾ ਕੇ ਇੱਕੋ ਹੀ ਮੰਗ ਕਰਦੇ ਨੇ ਕਿ ਇਨਸਾਫ ਦਿੱਤਾ ਜਾਵੇ ਜਿੰਨੇ ਵੀ ਸਿੱਖਾਂ ਦੇ ਨਾਲ ਜਿਹੜੇ ਆ ਇਨਸਾਫ ਦੀ ਗੱਲ ਆਉਂਦੀ ਹੈ ਜਿਹੜੇ ਮੋਰਚੇ ਲੱਗੇ ਨੇ ਉਹਨਾਂ ਦਾ ਇਨਸਾਫ ਦਿੱਤਾ ਜਾਵੇ ਜਿਹੜੀਆਂ ਬੇਅਦਬੀ ਹੋਈਆਂ ਨੇ ਉਹਨਾਂ ਦਾ ਇਨਸਾਫ ਦਿੱਤਾ ਜਾਵੇ ਪਰ ਇਸ ਦੇ ਵਿੱਚ ਅਗਰ ਜੇ ਗੱਲ ਕੀਤੀ ਜਾਵੇ ਇੱਕ ਨਵੀਂ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਬੇਅਦਬੀ ਕਰਨ ਵਾਲੇ ਨੇ ਜਿਹੜੇ ਅਸਲ ਮੁਲਜ਼ਮ ਨੇ ਉਹਨਾਂ ਦਾ ਇੱਕ ਟੈਸਟ ਹੋਣਾ ਚਾਹੀਦਾ ਟੈਸਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇੱਕ ਮਸ਼ੀਨ ਦੇ ذریعے ਉਸ ਦੇ ਵਿੱਚ ਉਹਨੂੰ ਭਾਇਆ ਜਾਏਗਾ ਅਗਰ ਜੇ ਝੂਠ ਬੋਲ ਰਿਹਾ ਹੈ ਤਾਂ ਉਸ ਦਾ ਸੱਚ ਫੜਿਆ ਜਾਏਗਾ ਅਗਰ ਜੋ ਸੱਚ ਬੋਲ ਰਿਹਾ ਹੈ ਤਾਂ ਉਸ ਦੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ ਇਹ ਕੌਣ ਨੇ ਇਸ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗਾ ਕਿਸ ਕਦਰ ਨੇ ਹਰਿਆਣਾ ਤੋਂ ਆਏ ਨੇ ਜਰਨੈਲ ਸਿੰਘ ਐਡਵੋਕੇਟ ਨੇ ਮੀਤ ਪ੍ਰਧਾਨ ਸਾਡੇ ਨਾਲ ਸਵਰਨ ਸਿੰਘ ਜੀ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਂ ਇਹਨਾਂ ਤੋਂ ਸਮਝਾਂਗੇ ਜਰਨੈਲ ਸਿੰਘ ਜੀ ਤੋਂ ਕਿ ਕਿਹੜੀ ਇਹ ਤਕਨੀਕ ਲਾਏ ਨੇ ਕਿਸ ਦੇ ਵਿੱਚ ਜਾਂਚ ਹੋਏਗੀ ਕਿ ਲੱਗਦਾ ਇਹਨਾਂ ਸੌਖਾ ਹੋਏਗਾ ਜਿਹੜੇ ਵੱਡੇ ਤਨਾੜ ਨੇ ਕੌਣ-ਕੌਣ ਇਸ ਦੇ ਵਿੱਚ ਸ਼ਾਮਲ ਨੇ ਉਹ ਜਲਦੀ ਤਿਆਰ ਹੋ ਜਾਣਗੇ ਕਿ ਸਾਡਾ ਟੈਸਟ ਕਰ ਲਓ ਅਸੀਂ ਤਿਆਰ ਹਾਂ ਜਿਸ ਦਾ ਨਾਮ ਲਾਈਵ ਡਿਟੈਕਟ ਹੈ ਤਾ ਇਸ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜਰਨੈਲ ਸਿੰਘ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਤਾਂ ਇਸ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਇਹ ਟੈਸਟ ਮਸ਼ੀਨ ਦੇ ਵਿੱਚ ਹੋਏਗਾ ਕਿ ਇਹਨਾਂ ਸੌਖਾ ਹੋਏਗਾ ਜਿਹੜੇ ਵੱਡੇ ਕਾਫੀ ਸਮੇਂ ਤੋਂ 2015 ਤੋਂ ਸਟਾਰਟ ਹੋਇਆ ਹੈ ਤਾਂ ਉਸ ਤੋਂ ਪਹਿਲਾਂ ਵੀ ਕਈ ਇਹ ਘਟਨਾਵਾਂ ਵਾਪਰ ਚੁੱਕੇ ਨੇ ਕਿ ਲਾਦਾ ਇਹਨਾਂ ਸੌਖਾ ਹੈਗਾ ਵੀ ਇਹ ਟੈਸਟ ਕਰਵਾ ਲੈਣਗੇ ਮੈਂ ਤੁਹਾਡੇ ਨਾਲ ਪਹਿਲਾਂ ਤਾਂ ਬਾਈ ਗੁਰੂ ਜੀ ਖਾਲਸਾ ਬਾਈ ਗੁਰੂ ਫਤੇ ਮੈਂ ਸਿੰਪਲ ਜੀ ਗੱਲ ਕਰਦਾ ਤੁਹਾਡਾ ਟੈਸਟ ਸੋਕਾ ਹੋਏਗਾ ਜਾਂ ਨਾ ਹੋਏਗਾ ਪਹਿਲਾਂ ਤਾਂ ਲਾਈ ਜਿਡੈਟੈਕ ਮਸ਼ੀਨ ਬਾਰੇ ਦੱਸ ਜਨਾ ਹੈ ਲਾਈ ਜਿਡੈਟੈਕ ਮਸ਼ੀਨ ਇੱਕ ਸਿੰਪਲ ਜੀ ਮਸ਼ੀਨ ਹੈ ਜਿਹੜੀ ਇਹ ਦੱਸਦੀ ਹੈ ਵੀ ਬੰਦਾ ਝੂਠ ਬੋਲਦਾ ਕਿ ਸੱਚ ਬੋਲਦਾ ਹੈ ਇਹ ਜਾਣਦੀ ਹੈ ਜਾਂਦੇ ਵੀ ਇਹ ਬੰਦਾ ਸੱਚ ਬੋਲ ਰਿਹਾ ਹੈ ਜਾਂ ਝੂਠ ਹੈ ਜੀ ਹੁਣ ਲਾਈ ਜਿਡੈਟੈਕ ਟੈਸਟ ਕੀ ਹੈ ਇਹਦੇ ਕਾਨੂੰਨੀ ਤੌਰ ਤੇ ਵੇਖੀਏ ਤੇ ਜਿੰਨਾ ਚਿਰ ਬੰਦਾ ਆਪ ਪਰਮਿਸ਼ਨ ਨਹੀਂ ਦਿੰਦਾ ਉਹਨਾਂ ਚਿਰ ਲਾਈ ਜਿਡੈਟੈਕ ਟੈਸਟ ਨਹੀਂ ਕਰਵਾਇਆ ਜਾ ਸਕਦਾ ਕਿਸੇ ਦਾ ਵੀ ਜੀ ਅਗਲਾ ਬਿੱਲ ਲਿਖ ਕੇ ਦੇਵੇਗਾ ਵੀ ਮੈਂ ਤਿਆਰ ਹਾਂ ਤੇ ਉਹ ਟੈਸਟ ਕਰਵਾਇਆ ਜਾ ਸਕਦਾ ਹੈ ਅੱਜ ਤੱਕ ਹਜ਼ਾਰਾਂ ਨਹੀਂ ਲੱਖਾਂ ਬੰਦਿਆਂ ਦਾ ਲਾਈਡਟੈਕ ਟੈਸਟ ਹੋ ਸਕਿਆ ਹੋ ਗਿਆ ਕ੍ਰਿਮੀਨਲ ਅਪਰਾਧੀਆਂ ਦਾ ਇੱਕ ਮੈਨੂੰ ਮੇਰੇ ਸ਼ਹਿਰ ਦੀ ਘਟਨਾ ਯਾਦ ਆਏ ਕਿ ਕੋਈ ਔਰਤ ਦਾ ਮਰਡਰ ਹੋ ਗਿਆ ਉਹਦੇ ਵਾਸਤੇ ਉਹਦੇ ਅਲੀਗੇਸ਼ਨ ਉਹਦੇ ਘਰ ਵਾਲੇ ਤੇ ਲੱਗ ਗਿਆ ਉਹਦੇ ਘਰ ਵਾਲੇ ਨੇ ਆਪਣਾ ਲਾਈਡਟੈਕ ਟੈਸਟ ਕਰਵਾ ਕੇ ਸਿੱਧ ਕੀਤਾ ਵੀ ਮੈਂ ਨਹੀਂ ਕੀਤਾ ਇਹ ਉਹਨੇ ਆਪ ਦਾ ਨਾਰਕੋ ਵੀ ਕਰਵਾਇਆ ਲਾਈਡਟੈਕ ਟੈਸਟ ਵੀ ਕਰਵਾਇਆ ਮਤਲਬ ਕਰਵਾਈਦਾ ਹੈ ਨਾ ਜਦੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੋਵੇ ਜੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਸਾਰੇ ਨਾਲੋਂ ਸਾਡੀ ਜਨ ਤੋਂ ਵੀ ਪਿਆਰੇ ਹੈ ਜਦੋਂ ਉਹਨਾਂ ਨੂੰ ਬੇਅਦਵੀ ਦੀ ਰੋਕਣਾ ਹੋਵੇ ਜੇ ਬੇਅਦਵੀ ਦਾ ਇਨਸਾਫ ਕਰਨਾ ਹੋਵੇ ਤਾਂ ਫਿਰ ਸਾਰਿਆਂ ਨੂੰ ਡਿਟੈਕਟ ਕਰਾਉਣਾ ਚਾਹੀਦਾ ਹੈ ਜਦੋਂ ਕਿਸੇ ਘਰ ਵਾਲੀ ਮਰ ਗਈ ਇੱਕ ਔਰਤ ਮਰ ਗਈ ਉਹਦੇ ਬੰਦੇ ਦਾ ਸ਼ੱਕ ਹੋ ਗਿਆ ਵੀ ਬੰਦੇ ਨੇ ਵੀ ਮਾਰੀ ਹੋ ਸਕਦੀ ਹੈ ਤੇ ਅਸੀਂ ਕਿਸੇ ਕਿਸੇ ਦੇ ਸ਼ੱਕ ਕਿਉਂ ਨਾ ਕਰੀਏ ਸਾਨੂੰ ਉਸ ਹਰ ਬੰਦੇ ਤੇ ਸ਼ੱਕ ਕਰਨਾ ਚਾਹੀਦਾ ਹੈ ਜਿਹੜਾ ਇਥੋਂ ਦੀ ਰਾਜਨੀਤੀ ਦਾ ਫਾਇਦਾ ਲੈਣਾ ਚਾਹੁੰਦਾ ਤੁਹਾਨੂੰ ਕੀ ਲੱਗਦਾ ਇਸ ਦੇ ਵਿੱਚ ਆਮ ਤੌਰ ਤੇ ਸਿੱਖ ਸੰਗਤ ਨਾਮੇ ਵੀ ਲੈਂਦੀ ਨਜ਼ਰ ਆਉਂਦੀ ਹੈ ਕਿ ਇਹ ਬੰਦੇ ਨੇ ਤੁਸੀਂ ਕੀ ਸੋਚਦੇ ਹੋ ਵੀ ਐਡਵੋਕੇਟ ਦੇ ਦੌਰ ਤੇ ਕਿਹੜੇ ਕਿਹੜੇ ਬੰਦੇ ਨੇ ਤੁਸੀਂ ਉਹਨਾਂ ਨੂੰ ਜਾ ਕੇ ਜਾਂ ਤੁਸੀਂ ਸਮਨ ਭੇਜਣ ਦੀ ਕੋਸ਼ਿਸ਼ ਕਰੋਗੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਕੋਰਟ ਦੀ ਲੜਾਈ ਲੜਨ ਦੀ ਕੋਸ਼ਿਸ਼ ਕਰੋਗੇ ਤਾਂ ਕਿਹੜੇ ਕਿਹੜੇ ਨਾਮ ਨੇ ਸਾਹਮਣੇ ਆ ਸਕਦੇ ਨੇ ਜਿਹੜੇ ਸਿੱਖ ਸੰਗਤ ਆਏ ਭਰ ਲੈਂਦੀ ਵੀ ਆ ਤੁਸੀਂ ਕਿਹੜੇ ਚਾਹੁੰਦੇ ਹੋ ਵੀ ਕਿਹੜੇ ਨੇ ਸਾਹਮਣੇ ਆਉਣੇ ਚਾਹੀਦੇ ਦੇਖੋ ਮੈਂ ਤੁਹਾਨੂੰ ਸਿੰਪਲ ਜੀ ਗੱਲ ਕਰਦਾ ਮੈਂ ਕੋਈ ਇਹ ਨਹੀਂ ਕਹਦਾਗਾ ਵੀ ਕਿਹੜੇ ਐ ਮੈਂ ਤੁਹਾਡੇ ਤੇ ਵੀ ਸ਼ੱਕ ਉਹ ਨਹੀਂ ਕਰਦਾ ਜਿਹੜਾ ਬੰਦਾ ਹੁਣ ਮੈਂ ਮੈਂ ਤੁਸੀਂ ਨਾਮ ਤਾਂ ਲੈ ਸਕੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਸ ਤਰ੍ਹਾਂ ਨਾ ਕਰੋ ਜੀ ਜਦੋਂ ਵੀ ਕੀ ਹੁੰਦੀ ਹੈ ਹੁਣ ਬੇਅਦਵੀ ਹੈ ਹਰਿਆਣਾ ਚ ਨਹੀਂ ਹੁੰਦੀ ਕਦੇ ਦਿੱਲੀ ਚ ਕਦੇ ਨਹੀਂ ਹੋएगी ਇਹ ਕਿਤੇ ਬਾਹਰ ਅਮਰੀਕਾ ਕੈਨੇਡਾ ਚ ਨਹੀਂ ਹੋएगी ਇੱਥੇ ਨਹੀਂ ਹੋਈਗੀ ਬਿਹਾਰ ਚ ਨਹੀਂ ਹੋਈਗੀ ਯੂਪੀ ਚ ਕਿਤੇ ਨਹੀਂ ਹੁੰਦੀ ਇੱਕ ਵਾਰ ਫਿਰ ਇਸ ਦੇ ਵਿੱਚ ਫਿਰ ਕਿਸ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਾਰਾ ਐਕਸਪਲੇਨ ਕਰ ਦਿਆਂਗਾ ਤੂੰ ਚਿੰਤਾ ਨਾ ਕਰੋ ਜਦੋਂ ਬੇਅਦਵੀ ਹੁੰਦੀ ਹੈ ਇੱਥੇ ਪੰਜਾਬ ਚ ਹੀ ਕਿਉਂ ਹੁੰਦੀ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਪਤਾ ਹੈ ਵੀ ਬੇਅਦਵੀ ਕਰਿਆਂ ਕਿਸੇ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਸਕਦਾ ਹੈ ਬੇਅਦਵੀ ਕਰਿਆਂ ਕਿਸੇ ਪਾਰਟੀ ਨੂੰ ਨੀਵਾ ਵਿਖਾਇਆ ਜਾ ਸਕਦਾ ਹੈ ਬੇਅਦਬੀ ਕਰਿਆਂ ਸਾਡੀ ਸਰਕਾਰ ਬਣਾਈ ਜਾ ਸਕਦੀ ਹੈ ਬੇਅਦਬੀ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਆਪਦੇ ਹੱਥ ਚ ਲਿਆ ਜਾ ਸਕਦਾ ਹੈ ਕਿਸੇ ਗੁਰਦੁਆਰਾ ਕਮੇਟੀ ਨੂੰ ਬਦਨਾਮ ਕੀਤਾ ਜਾ ਸਕਦਾ ਹੈ ਬੇਅਦਬੀ ਕਰਿਆਂ ਲੋਕਾਂ ਦਾ ਧਿਆਨ ਆਪਣੀ ਕਿਸੇ ਕਮਜ਼ੋਰੀ ਨੂੰ ਛਪਾਉਣ ਵਾਸਤੇ ਦੂਜੇ ਪਾਸੇ ਲਾਇਆ ਜਾ ਸਕਦਾ ਹੈ ਉਦੋਂ ਜਿਹੜਾ ਹੈ ਨਾ ਇਹ ਬੇਅਦਬੀਆਂ ਦੇ ਪਿੱਛੇ ਕੋਈ ਨਾ ਕੋਈ ਪੋਲਿਟੀਕਲ ਮੋਟਿਵ ਹੈ ਵੈਸੇ ਬੇਅਦਬੀ ਕੋਈ ਨਹੀਂ ਕਰਦਾਗਾ ਤੁਸੀਂ ਦੇਖੋ ਕਿਸੇ ਆਮ ਬੰਦਾ ਕਦੇ ਕਿਸੇ ਗੁਰੂ ਘਰ ਦੀ ਜਾਂ ਮੰਦਰ ਦੀ ਜਾਂ ਮਸੀਦ ਦੀ ਕਦੇ ਜਾਂ ਗਿਰਜਾ ਘਰ ਦੀ ਬੇਅਦਵੀ ਕਰਦਾ ਕਿਸੇ ਨੂੰ ਕੀ ਮਤਲਬ ਪਿਆ ਇਹਦੇ ਪਿੱਛੇ ਕੋਈ ਨਾ ਕੋਈ ਪੋਲੀਟੀਕਲ ਮੋਟਿਵ ਜ਼ਰੂਰ ਹੁੰਦਾ ਹੈ ਤੁਸੀਂ ਨਾਮ ਲੈਣਾ ਚਾਹੋਗੇ ਜਾਂ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਮੈਂ ਕਿਸੇ ਕਿਸ ਕਿਸ ਦੇ ਟੈਸਟ ਹੋਣਗੇ ਜ਼ਿਆਦਾਤਰ ਸਿਕਮ ਕਿਹਨਾਂ ਨੂੰ ਮੈਂ ਜ니어 ਰਾਜਨੀਤਿਕ ਪਾਰਟੀਆਂ ਮੈਂ ਸਾਰਿਆਂ ਤੇ ਸ਼ੱਕ ਕਰਦਾ ਮੈਂ ਕਹਿੰਦਾ ਅਮਰਿੰਦਰ ਸਿੰਘ ਬਦਲ ਨੂੰ ਬੰਦਾਮ ਕਰਾਉਣ ਵਾਸਤੇ ਕਿਉਂ ਨਹੀਂ ਕਰਵਾ ਸਕਦਾਗਾ ਬੇਅਦਵੀ ਸਰਕਾਰ ਸੀ ਨਾ ਉਹਨੇ ਬਦਲ ਦੀ 10 ਸਾਲ ਸਰਕਾਰ ਹੈਗੀ ਉਹ 10 ਸਾਲ ਦੀ ਸਰਕਾਰ ਨੂੰ ਤੋੜਨ ਵਾਸਤੇ ਕਿ ਕਾਂਗਰਸ ਪਾਰਟੀ ਵੀ ਇਹ ਨਹੀਂ ਕਰਾ ਸਕਦੀ ਸਰਕਾਰ ਨੂੰ ਉਲਝਾਉਣ ਵਾਸਤੇ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਬਾਦਲ ਸਾਹਿਬ ਜਦੋਂ ਉਹ ਤੋਂ ਕਿਸਾਨ ਮੋਰਚਾ ਸੀ ਅੜਿਆ ਸੀਗਾ ਜੋ ਉਸ ਟਾਈਮ ਤੇ ਲੱਗਿਆ ਸੀ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਵਾਸਤੇ ਉਹਨੂੰ ਡੀਗ੍ਰੇਡ ਕਰਨ ਵਾਸਤੇ ਬਾਦਲ ਸਾਹਿਬ ਵੀ ਕਰਵਾ ਸਕਦੇ ਆ ਦੇਰੇ ਵਾਲਿਆਂ ਦਾ ਦੀ ਫਿਲਮ ਰੁਕੀ ਸੀ ਦੇਰੇ ਵਾਲੇ ਵੀ ਕਰਵਾ ਸਕਦੇ ਆ ਮਤਲਬ ਆਪਣੇ ਆਪ ਨੂੰ ਕਿਸੇ ਨਾ ਕਿਸੇ ਬਖੀੜੇ ਚ ਬਚਾਉਣ ਵਾਸਤੇ ਕੋਈ ਵੀ ਕਰਵਾ ਸਕਦਾ ਉਦੋਂ 11 ਦੇ ਵਿੱਚ ਸ਼ਰੋਮਣੀ ਕਮੇਟੀ ਦੇ ਇਲੈਕਸ਼ਨ ਹੋਏ ਸੀਗੇ 16 ਚ ਇਲੈਕਸ਼ਨ ਦੁਆਰਾ ਹੋਨੇ ਸੀਗੇ ਤੇ ਸਾਰਿਆਂ ਨੂੰ ਦਿੰਦਾ ਸੀ ਵੀ ਸ਼ਰੋਮਣੀ ਕਮੇਟੀ ਦੇ ਇਲੈਕਸ਼ਨ ਹੋਏਗੇ ਸ਼ਰੋਮਣੀ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਵਿਰੋਧੀ ਧੜੇ ਹੋਣ ਰঞ্জੀਤ ਸਿੰਘ ਜਿਹਦਾ ਜਥੇਦਾਰ ਹੈ ਜਿਹੜਿਆਂ ਨੇ ਉਹਨੇ ਸ਼ਰੋਮਣੀ ਕਮੇਟੀ ਦੇ ਕਬਜ਼ਾ ਕਰਨਾ ਚ ਉਹਨੂੰ ਹਟਾ ਕੇ ਉਹ ਵੀ ਕਰਵਾ ਸਕਦੇ ਆ ਕਿ ਸਿੱਧ ਵੀ ਸ਼ੱਕ ਕੀਤਾ ਜਾ ਸਕਦਾ ਜਦੋਂ ਇੱਕ ਔਰਤ ਮਰ ਗਈ ਉਹਦੇ ਘਰ ਵਾਲੇ ਤੇ ਸ਼ੱਕ ਕੀਤਾ ਜਾ ਸਕਦਾ ਵੀ ਉਹਦਾ ਕਤਲ ਹੋ ਸਕਦਾ ਤੇ ਮੈਨੂੰ ਮੈਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਤਾਂ ਮੈਨੂੰ ਹਰ ਬੰਦੇ ਤੇ ਸ਼ੱਕ ਕਰਨਾ ਚਾਹੀਦਾ ਹੈ ਪਰ ਇਸ ਦੇ ਵਿੱਚ ਜੋ ਸੰਗਤ ਆਉਂਦੀ ਆ ਉਹ ਤਾਂ ਇੱਕੋ ਹੀ ਨਾਮ ਲੈਂਦੀ ਆ ਫਿਰ ਤੁਸੀਂ ਕੀ ਲਾ ਦਿਓ ਸ਼ੱਕ ਰੱਖਣਾ ਚਾਹੀਦਾ ਫਿਰ ਜਾਂ ਪੱਕੇ ਤੌਰ ਤੇ ਇਹ ਕਿਉਂਕਿ ਜਿਹੜੀਆਂ ਸਿੱਟ ਨੇ ਉਹਨਾਂ ਦੇ ਵਿੱਚ ਜਿਹੜੀ ਜਾਂਚ ਕੀਤੀ ਗਈ ਆ ਉਹਨਾਂ ਦੇ ਵਿੱਚ ਜਿਹੜੀਆਂ ਨਾਮ ਆਈ ਜਾਂਦੇ ਨੇ ਜਿਵੇਂ ਸੁਮੇਤ ਸੈਣੀ ਦਾ ਹੁੰਦਾ ਉਹਨੂੰ ਲਗਾਤਾਰ ਸਮਨ ਭੇਜਦੀ ਹੈ ਅ ਵਕ ਵਕਤ ਜਿਹੜੇ ਲੀਡਰ ਇਹਨਾਂ ਨੇ ਵੀ ਸਮਝ ਜਾਂਦੇ ਨੇ ਤੁਸੀਂ ਫਿਰ ਨਾਮ ਲੈਣ ਤੋਂ ਗੁਰੇਜ ਕਿਉਂ ਕਰ ਰਹੇ ਹੋ ਮੈਂ ਨਹੀਂ ਗੁਰੇਜ ਨਹੀਂ ਕਰਦਾਗਾ ਹੁਣ ਇੱਕ ਤਰੀਕਾ ਹੁੰਦਾ ਹੈ ਹਰ ਗੱਲ ਦਾ ਇੱਕ ਵੇਹ ਹੁੰਦਾ ਹੈ 100 ਬੰਦਾ ਖੜਾ ਸਾਹਮਣੇ ਜੀ ਬੇਅਦਵੀ ਡਾਊਟ ਵਾਲਾ ਅਸੀਂ ਕਹਿੰਦੇ ਆ ਵੀ ਤੁਸੀਂ ਲਾਈਡ ਡਿਟੈਕਟ ਕਰਾ ਦਿਓ 99 ਲਾਈਡ ਡਿਟੈਕਟ ਕਰਾ ਦੇਣਗੇ ਤਾਂ 100 ਮੈਂ ਨਾ ਕਰਾਊਗਾ ਤਾਂ ਜਾਂ ਤਾਂ ਲੋਕਾਂ ਚ ਜਾਊਗਾ ਤੇ ਜਾਂ ਆਪ ਦਾ ਗਲਤੀ ਕਬੂਲ ਕਰੂਗਾ ਜੀ ਮੈਨੂੰ ਕਿ ਸੇ ਉਹਨੂੰ ਐਕਸਪੋਜ਼ ਕਰਨ ਦਾ ਅਗਲਾ ਕਾਨੂੰਨ ਦੇ ਤਰੀਕੇ ਨਾਲ ਅਸੀਂ ਉਹਦਾ ਲਾਈ ਟੈਕਨੀਕ ਕਰਵਾ ਸਕਦੇ ਕਿ ਜਿੰਨਾ ਚਿਰ ਉਹ ਆਪ ਪਰਮਿਸ਼ਨ ਨਹੀਂ ਦਿੰਦਾਗਾ ਆਪ ਪਰਮਿਸ਼ਨ ਦੇਣ ਨੂੰ ਤਿਆਰ ਨਹੀਂ ਜਦੋਂ 100 ਦੇ 100 99 ਜਾ ਕੇ ਕਹਦੇ ਨੇ ਕਿ ਅਸੀਂ ਤਿਆਰ ਹਾਂ ਵੀ ਅਸੀਂ ਨਹੀਂ ਕਰਵਾਈਗੀ ਤੇ ਸੌਵੇਂ ਫਸ ਗਿਆ ਨਾ ਧੱਕੇ ਨਾਲ ਜੀ ਜਾਂ ਤਾਂ ਉਹ ਪਬਲਿਕ ਤੋਂ ਗਿਆ ਉਹਨੇ ਬੇਅਦਮੀ ਕਰਾਈ ਕਹਦੇ ਸੀ ਆਪਣਾ ਰਾਜ ਬਚਾਉਣਾ ਹੱਸ ਤੇ ਰਾਜ ਤੋਂ ਦੂ ਚਲੇ ਜਾਊਗਾ ਅੱਜ ਦੀਆਂ ਬੇਅਦਮੀਆਂ ਮੰਨ ਲਓ ਤੁਸੀਂ ਇਸ ਕਹ ਲਓ ਵੀ ਇਹ ਜਿਹੜੀਆਂ ਪਿੱਛੇ ਬੇਅਦਮੀਆਂ ਹੋ ਗਈਆਂ ਇਹਦਾ ਨਾਂ ਨਾ ਮਿਲੂਗਾ ਲੇਕਿਨ ਅੱਗੇ ਤੋਂ ਬੇਅਦਵੀ ਕੋਈ ਨਹੀਂ ਕਰੇਗਾ ਲੋਕਾਂ ਨੂੰ ਪਤਾ ਲੱਗ ਜਾਏਗਾ ਵੀ ਸਾਨੂੰ ਲਾਈ ਜਿੱਦਾਂ ਕਰਾਉਣਾ ਪੈਣਾ ਅਸੀਂ ਫੜੇ ਜਾਵਾਂਗੇ ਜੇ ਫੜੇ ਗਏ ਤਾਂ ਜਿਹੜੀ ਰਾਜਨੀਤੀ ਇਸ ਤੇ ਕੀ ਕਰਦੇ ਆ ਉਹ ਰਾਜਨੀਤੀ ਖਤਮ ਹੋ ਜਾਣੀ ਹੈ ਕੋਈ ਵੀ ਕਦੋਂ ਕਰਦਾ ਆਦਮੀ ਜਦੋਂ ਉਹਨੂੰ ਪਤਾ ਹੋਵੇ ਮੈਂ ਫੜਿਆ ਨਹੀਂ ਜਾਵਾਂਗਾ ਉਹ ਚੋਰੀ ਕਦੋਂ ਹੀ ਕਰਦਾ ਜਦੋਂ ਫੜਿਆ ਜਾਵਾਂਗਾ ਹੁਣ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਉਦਾਹਰਨ ਦਿੰਦਾ ਚੋਰੀ ਵਾਲਾ ਇੱਧਰ ਮੁਹੱਲੀ ਹੈ ਇੱਧਰ ਚੰਡੀਗੜ੍ਹ ਹੈ ਇਧਰੋਂ ਤੁਸੀਂ ਮੁਹੱਲੀ ਤੋਂ ਚੱਲੋਗੇ ਬੱਤੀਆਂ ਕ੍ਰੋਸ ਕਰਦੇ ਆ ਤਾਂ ਕਦ ਨਾ ਕਿਤੇ ਬੱਤੀ ਬ੍ਰੇਕ ਵੀ ਕਰ ਦਿੰਦੇ ਆ ਮੈਂ ਵੀ ਕਰਦਾ ਜਦੋਂ ਚੰਡੀਗੜ੍ਹ ਵਰਜੋਗੇ ਨਾ ਤੁਸੀਂ ਪੱਤਰਕਾਰ ਹੋ ਨਾ ਇੱਕ ਵੀ ਬੱਤੀ ਨਹੀਂ ਬ੍ਰੇਕ ਕਰਦੇਗੇ ਕਿਉਂ ਨਹੀਂ ਕਰਦੇਗੇ ਚੰਡੀਗੜ੍ਹ ਕਰਦੇ ਮੋਹਾਲੀ ਨਹੀਂ ਕਰਦੇ ਹਾਂ ਚੰਡੀਗੜ੍ਹ ਬੱਤੀ ਬ੍ਰੇਕ ਨਹੀਂ ਕਰਦਾ ਕੋਈ ਵੀ ਚੰਡੀਗੜ੍ਹ ਇੱਕ ਵੀ ਬੱਤੀ ਜਿਹ ਮੇਰੇ ਮੋਹੱਲੀ ਬ੍ਰੇਕ ਕਰਦੇ ਆ ਮੋਹੱਲੀ ਵਾਲਾ ਕਿਉਂ ਨਹੀਂ ਕਰਦੇ ਕਰ ਦਿੰਦੇ ਆ ਬੱਤੀ ਬ੍ਰੇਕ ਮੋਹੱਲੀ ਵਾਲਾ ਤਾਂ ਕਰ ਦਿੰਦੇ ਆ ਕਿ ਉੱਥੇ ਪੁਲਿਸ ਵਾਲਾ ਖੜਿਆ ਵੀ ਹੋਊਗਾ ਤਾਨੂੰ ਕਹਦੇਗਾ ਯਾਰ ਮੈਂ ਪ੍ਰੈਸ ਵਾਲਾ ਐ ਮੈਂ ਫਲਾਣੇ ਦਾ ਮੈਂ ਕਈ ਦਾ ਫੋਨ ਕਰਾ ਦੇਗਾ ਲੇਕਿਨ ਚੰਡੀਗੜ੍ਹ ਵਾਲਾ ਉੱਥੇ ਖੜਿਆ ਨਹੀਂ ਕੋਈ ਉੱਥੇ ਕੈਮਰੇ ਦੇ ਵਿੱਚ ਘਰੇ ਆ ਜਾਣਾ ਚਲਾਨ ਉਹ ਕੈਮਰੇ ਤੋਂ ਡਰਦੇ ਨਾ ਵੀ ਸਾਡੇ ਚਲਾਨ ਕਰਿਆ ਹੈ ਨਾ ਇਸ ਕਰਕੇ ਬੱਤੀ ਬ੍ਰੇਕ ਨਹੀਂ ਕਰਦੇਗੇ ਜੀ ਜੀ ਜਰਨੈਲ ਸਿੰਘ ਜੀ ਮਤਲਬ ਜਦੋਂ ਅਸੀਂ ਇਹ ਚੰਡੀਗੜ੍ਹ ਦੀ ਨਹੀਂ ਗੱਲ ਆਪਾਂ ਕਰ ਰਹੇ ਇਸ ਦੇ ਵਿੱਚ ਆਪਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਸ ਦੇ ਵਿੱਚ ਜੋ ਤੁਸੀਂ ਨਾਮ ਨਹੀਂ ਲੈਣਾ ਚਾਹੁੰਦੇ ਤੁਹਾਡੀ ਚਾਹਤ ਮਰਜੀ ਹੈ ਜੋ ਸਿੱਖ ਸੰਗਤ ਇੱਥੇ ਪਹੁੰਚਦੀ ਹੈ ਉਹ ਇੱਕੋ ਨਾਮ ਲੈਂਦੀ ਹੈ ਪਰ ਤੁਸੀਂ ਸ਼ੱਕ ਦੇ ਆਧਾਰ ਤੇ ਕਿਹਨੂੰ ਕਿਹਨੂੰ ਫੜੋਗੇ ਕੀ ਲੱਗਦਾ ਉਸ ਵੇਲੇ ਦੇ ਜਿਹੜੇ ਪੁਲਿਸ ਅਫਸਰ ਨੇ ਸਾਰਿਆਂ ਨੂੰ ਫੜੋਗੇ ਉਸ ਸਮੇਂ ਦੇ ਜਿਹੜੇ ਮੰਤਰੀ ਸੀ ਉਹਨਾਂ ਨੂੰ ਫੜੋਗੇ ਉਸ ਸਮੇਂ ਦੇ ਜਿਹੜੇ ਸਾਰੇ ਐਮਐਲਏ ਸੀ ਉਹਨਾਂ ਨੂੰ ਫੜੋਗੇ ਫਿਰ ਕਿਸ ਤੇ ਸ਼ੱਕ ਦੀ ਸੂਈ ਜਾਏਗੀ ਤੁਹਾਡੀ ਫਿਰ ਤੁਹਾਨੂੰ ਲੱਗਦਾ ਨਹੀਂ ਫਿਰ ਇਸ ਟੈਸਟ ਦੇ ਵਿੱਚ ਸਮਾਂ ਬਰਬਾਦ ਹੋ ਜਾਏਗਾ ਕਿੰਨਾ ਸਮਾਂ ਜਿਹੜੀਆਂ ਨੇ ਸਿੱਟਾਂ ਨੇ ਬਰਬਾਦ ਕਰ ਚੁੱਕੇ ਦੇਖੋ ਤੁਸੀਂ ਤੁਸੀਂ ਕਿਉਂ ਚਾਹੁੰਦੇ ਕਿਉਂ ਵਿਵਸਥਾ ਬਦਲਨੀ ਚਾਹੁੰਦੇ ਹੋ ਬੇਅਦਮੀਆਂ ਪੱਕੀਆਂ ਰੁਕਨੀਆਂ ਚਾਹੁੰਦੇ ਹੋ ਜਾਂ ਕਿ ਇਹਦੇ ਤੇ ਕੋਈ ਵਿਖੇੜਾ ਰੱਖਣਾ ਕਿਹਨਾਂ ਕਿਹਨਾਂ ਦਾ ਟੈਸਟ ਹੋਏਗਾ ਇਹ ਹੀ ਮੇਰਾ ਸਵਾਲ ਹੈ ਦੇਖੋ ਸਾਫ਼ ਲਿਖਿਆ ਦੇ ਵਿੱਚ ਜਿੰਨੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਪ੍ਰਧਾਨਾਂ ਦਾ ਮੌਜੂਦਾ ਜਾਂ ਉਸ ਸਮੇਂ ਉਸ ਟਾਈਮ ਦੀਆਂ ਵੀ ਤੇ ਹੁੰਦੀਆਂ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਪ੍ਰਧਾਨਾਂ ਦਾ ਜਿੰਨੇ ਗੁਰਦੁਆਰਾ ਸੰਗਠਨ ਹੈ ਉਹਨਾਂ ਦੇ ਪ੍ਰਧਾਨਾਂ ਦਾ ਪ੍ਰਧਾਨਾਂ ਨੂੰ ਕਿਹਾ ਵੀ ਅਸੀਂ ਤੇ ਸਾਡੀ ਕਿਸੇ ਸੰਸਥਾ ਨੇ ਸਾਡੀ ਸੰਸਥਾ ਵੱਲੋਂ ਬੇਅਦਬੀ ਵਿੱਚ ਕੋਈ ਹੱਥ ਨਹੀਂ ਮੈਂ ਸਿਰਫ ਉਹਨਾਂ ਦਾ ਇੰਡੀਕੇਟ ਕੀਤਾ ਹੋਇਆ ਮੈਂ ਕੋਈ ਸਾਰੀ ਪਬਲਿਕ ਦਾ ਨਹੀਂ ਕਿਹਾਗਾ ਕਿੰਨੀਆਂ ਪਾਰਟੀਆਂ ਹਨ ਪੰਜ ਸੱਤ ਪਾਰਟੀਆਂ ਉਹਨਾਂ ਦੇ ਜਿਹੜੇ ਪ੍ਰਧਾਨ ਹੈ ਤੇ ਪੰਜ ਸੱਤ ਗੁਰਦੁਆਰਾ ਸੰਗਠਨ ਹੈ ਵੱਡੀਆਂ ਜਿਹੜੀਆਂ ਸੰਗਠਨ ਨੇ ਇਲੈਕਸ਼ਨ ਲੜਦੇ ਐ ਸ੍ਰੋਮਣੀ ਕਮੇਟੀ ਦਾ ਤੇ ਉਹਨਾਂ ਦੇ ਪ੍ਰਧਾਨ ਹੈ ਇਹ 25 30 50 ਲੋਕਾਂ ਨੇ 100 ਹੋ ਜੂਗਾ ਉਹਨਾਂ ਤੋਂ ਮੰਗ ਕਰਦਾ ਜੀ ਜਿਨ੍ਹਾਂ ਦੇ ਵਿੱਚ ਅੱਜ ਕਿਨਾਂ ਮੈਂ ਪਹਿਲਾਂ ਜੀਦਾਰ ਸਿੰਘ ਨਾਲ ਵੀ ਤੋਂ ਮੰਕ ਕੀਤੀ ਸੀ ਹਰਿਆਣਾ ਕਮੇਟੀ ਦਾ ਮੀਤ ਪ੍ਰਧਾਨ ਰਿਹਾ ਹਰਿਆਣਾ ਕਮੇਟੀ ਅਸਤੀ ਸੰਘਰਸ਼ ਵੀ ਕੀਤਾ ਸੀ ਉਹਨੇ ਵੀ ਕੀਤੀ ਆ ਸਵਰਨ ਸਿੰਘ ਜੀ ਸਾਡੇ ਖੜੇ ਹੈ ਇਹ ਸਾਡੇ ਮੀਤ ਪ੍ਰਧਾਨ ਰਿਹਾ ਹਰਿਆਣਾ ਕਮੇਟੀ ਦੇ ਇਹਨਾਂ ਨੇ ਵੀ ਕੀਤੀ ਹਾਂ ਕੀਤੀ ਵੀ ਮੈਂ ਕਰੋ ਨੂੰ ਤਿਆਰ ਹੈ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਕਮੇਟੀ ਦਾ ਪ੍ਰਧਾਨ ਰਿਹਾ ਜਥੇਦਾਰ ਵੀਰਿਆ ਉਹ ਦਮਦਲ ਸਵਾ ਦਾ ਜਿਹੜਾ ਕਿਨਾਂ ਬਣਾਏ ਸੀ ਸਰਬਤ ਖਾਲਸਾ ਵੱਲੋਂ ਉਹਨੇ ਵੀ ਕਿਹਾ ਆਪਣੇ ਆਪਣੇ ਸਿੱਕੇ ਸ਼੍ਰੋਮਣੀ ਯੂਨਾਈਟਿਡ ਕਾਲੀ ਦਲ ਦੇ ਪ੍ਰਧਾਨ ਸੀ ਉਹਨਾਂ ਨੇ ਵੀ ਕਹਿਤਾ ਸਾਡੇ ਉੱਥੇ ਆਪਣੇ ਆਏ ਸੀਗੇ ਸਤਕਾਰ ਸਭਾ ਦੇ ਸੀਗੇ ਪ੍ਰਧਾਨ ਹਰਿਆਣੇ ਦੇ ਉਹਨਾਂ ਨੇ ਵੀ ਕਹਿਤਾ ਵੀ ਮੈਂ ਤਿਆਰ ਹਾਂ ਮਤਲਬ ਜਿੰਨੀਆਂ ਸੰਸਥਾਵਾਂ ਮੇજર ਸੰਸਥਾਵਾਂ ਉਹਨਾਂ ਸਾਰੇ ਕੋਲੇ ਜਾ ਰਹੇ ਜੀ ਇਸ ਦੇ ਵਿੱਚ ਸਰਮਨ ਸਿੰਘ ਜੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਟੈਸਟ ਹੋਣਾ ਚਾਹੀਦਾ ਇਸ ਦੇ ਵਿੱਚ ਜੋ ਵੀ ਅਗਰ ਜੇ ਕੋਈ ਦੋਸ਼ੀ ਹੈ ਮਲਜ਼ਮ ਹੈ ਉਹ ਸਾਹਮਣੇ ਆ ਜਾਏਗਾ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਆ ਸੰਗਤ ਇੱਥੇ ਨਾਮ ਲੈਂਦੀ ਆ ਖੁੱਲ ਕੇ ਤਾਂ ਤੁਸੀਂ ਇਸ ਹਸਾਬ ਤੌਰ ਤੇ ਕਿਵੇਂ ਦੇਖਦੇ ਹੋ ਤੁਸੀਂ ਮੌਜੂਦਾ ਪ੍ਰਧਾਨ ਵੀ ਉਮੀਦ ਪ੍ਰਧਾਨ ਤਾਂ ਕੀ ਲੱਗਦਾ ਹੈ ਟੈਸਟ ਹੱਲ ਹੋ ਜਾਏਗਾ ਜਾਂ ਫਿਰ ਕੋਈ ਟੈਸਟ ਦੇਣ ਨੂੰ ਤਿਆਰ ਹੋ ਜਾਏਗਾ ਤਾਂ ਕਿਹੜੇ ਕਿਹੜੇ ਬੰਦੇ ਹੋਣਗੇ ਜਿਹੜੇ ਸਾਹਮਣੇ ਆਉਣਗੇ ਜਿਨ੍ਹਾਂ ਨੂੰ ਤੁਸੀਂ ਸਿੱਖ ਸੰਗਤ ਉਂਗਲ ਕਰੇਗੀ ਵੀ ਆਹ ਬੰਦਾ ਹੈ ਇਹਦਾ ਟੈਸਟ ਹੋਣਾ ਚਾਹੀਦਾ ਕਿ ਲਾਦਰ ਜਿਹੜੇ ਗੁਰਦੁਆਰਿਆਂ ਦੇ ਨੇ ਉਹਨਾਂ ਦੇ ਵਿੱਚ ਤਾਂ ਕਿਸੇ ਦਾ ਕੋਈ ਨਾਮ ਨਹੀਂ ਹੁੰਦਾ ਜਿਹੜੇ ਮਿਹਨਤ ਨਾੜਨੇ ਫਿਰ ਉਹ ਸਾਹਮਣੇ ਕਿਵੇਂ ਆਉਣਗੇ ਕਿਵੇਂ ਤੁਸੀਂ ਉਹਨਾਂ ਨੂੰ ਉਂਗਲ ਕਰੋਗੇ ਨਾ ਬਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੁੱਦਾ ਚੁੱਕਿਆ ਹੈ ਸਰਦਾਰ ਜਰਨੈਲ ਸਿੰਘ ਬਰਾੜ ਜੀ ਨੇ ਜੀ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬ ਅਤੇ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੇ ਨੇ ਪ੍ਰਧਾਨ ਨੇ ਕਮੇਟੀਆਂ ਦੇ ਉਹਨਾਂ ਦਾ ਜਿਹੜਾ ਲਾਈਵ ਟੈਸਟ ਹੋਣਾ ਚਾਹੀਦਾ ਸਚਾਈ ਵਾਲੀ ਮਸ਼ੀਨ ਦਾ ਟੈਸਟ ਹੋਣਾ ਚਾਹੀਦਾ ਤਾਂ ਕਿ ਕਿਉਂਕਿ ਪਿੱਛੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੇ ਸਿਆਸੀ ਪ੍ਰਭਾਵਾਂ ਕਰਕੇ ਕੀਆ ਕਾਰਨਾ ਕਰਕੇ ਜਿਹੜੇ ਸਿੱਟਾ ਸੀ ਜਿਹੜੀਆਂ ਇਨਕੁਆਰੀਆਂ ਸੀ ਦਬਾਈਆਂ ਜਾਗਰ ਨਹੀਂ ਹੋਈਆਂ ਔਰ ਵਿੱਚੇ ਹਜੇ ਤੱਕ ਉਹਦਾ ਕੋਈ ਇਨਕੁਆਰੀ ਦਾ ਸਾਹਮਣੇ ਨਹੀਂ ਆਈ ਇਸ ਇਸ ਇਹਦੇ ਨਾਲ ਕੀ ਹੋਏਗਾ ਕਿ ਸੰਘ ਦੇ ਸਾਹਮਣੇ ਜਿਹੜੀ ਤਸਵੀਰ ਆਏਗੀ ਕਿ ਜਿਹੜੇ ਇੰਨੇ ਬੰਦੇ ਇੰਨੇ ਇੰਨੇ ਰਾਜਨੀਤਿਕ ਲੋਕ ਔਰ ਇੰਨੇ ਜਿਹੜੇ ਧਾਰਮਿਕ ਸੰਗਠਨਾਂ ਦੇ ਪ੍ਰਧਾਨ ਨੇ ਉਹ ਆਪਣਾ ਲਾਈਵ ਡਾਇਰੈਕਟ ਟੈਸਟ ਕਰਾਉਣ ਨੂੰ ਤਿਆਰ ਹੈ ਵੀ ਅਸੀਂ ਅਸੀਂ ਇਹਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਔਰ ਜਿਹੜੇ ਨਹੀਂ ਕਰਾਉਣਗੇ ਉਹ ਦੋਸ਼ੀ ਪਾਏ ਜਾਣਗੇ ਉਹ ਸੰਘ ਦੀ ਕਚਹਿਰੀ ਦੇ ਵਿੱਚ ਪਹੁੰਚ ਜਾਣਗੇ ਸਿੱਧੇ ਔਰ ਸੰਘਤ ਉਹਨਾਂ ਦਾ ਸਜ਼ਾ ਦੇਣ ਦੀ ਹੱਕਦਾਰ ਸੰਘਤ ਹੋਏਗੀ ਫਿਰ ਸੰਗਤ ਸਜ਼ਾ ਦੇਗੀ ਤਾਂ ਲਾਈਵ ਜਿਹੜੀ ਹੈ ਸਚਾਈ ਵਾਲਾ ਟੈਸਟ ਹੋਏਗਾ ਉਸ ਦੇ ਉੱਤੇ ਇਹ ਜ਼ੋਰ ਪਾ ਰਹੇ ਨੇ ਪਰ ਇਸ ਦੇ ਵਿੱਚ ਇਹ ਸਮਝਣਾ ਜ਼ਰੂਰੀ ਹੋਏਗਾ ਕਿ ਕੌਣ ਕੌਣ ਹੋਣਗੇ ਇਸ ਦੇ ਵਿੱਚ ਜਿਨ੍ਹਾਂ ਦਾ ਟੈਸਟ ਹੋਏਗਾ ਕਿ ਲੱਗਦਾ ਇੱਕ ਗੁਰਦੁਆਰੇ ਤੋਂ ਸਟਾਰਟ ਹੋ ਕੇ ਸਰਕਾਰ ਤੱਕ ਗੱਲ ਪਹੁੰਚੇਗੀ ਜੋਂਸ ਵੇਲੇ ਦੇ ਜਿਹੜੇ ਤਣਾੜ ਰਹਿੰਦੇ ਨੇ ਉਹਨਾਂ ਤੱਕ ਪਹੁੰਚੇਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਪਹੁੰਚੇਗੀ ਜਾਂ ਫਿਰ ਜਿਹੜੇ ਸਰੂਪ ਹੋਏ ਨੇ ਉਹਨਾਂ ਦੀ ਕੀ ਗੱਲ ਨਿਕਲੇਗੀ ਕਿ ਲੱਗਦਾ 328 ਰੁਪਏ ਵੀ ਗਾਇਬ ਹੋਏ ਨੇ ਉਹਨਾਂ ਦਾ ਵੀ ਲਗਾਤਾਰ ਮੰਗਿਆ ਫਿਰ ਉਹ ਕਿੱਥੋਂ ਮਿਲਣਗੇ ਫਿਰ ਉਹਨਾਂ ਦਾ ਕਿਵੇਂ ਟੈਸਟ ਹੋਏਗਾ ਉਹ ਫਿਰ ਤੁਸੀਂ ਕਿਸ ਨੂੰ ਦੇਖੋਗੇ ਦੇਖੋ 328 ਰੁਪਿਆਂ ਦੀ ਉਹ ਵੀ ਬੇਅਦਵੀ ਦਾ ਮਾਮਲਾ ਜਦੋਂ ਅਸੀਂ ਦੁਸਰਿਆਂ ਦੀ ਕਰਦੇ ਹਾਂ ਜਦੋਂ ਉਹ ਇਹ ਬੇਅਦਵੀ ਦੇ ਵਿੱਚ ਹੀ ਹੁੰਦਾ ਨਾ ਉਹ ਵੀ ਤਾਂ 328 ਰੁਪਿਆਂ ਨੂੰ ਗਾਇਬ ਕਰਨਾ ਉਹ ਬੇਅਦਵੀ ਦੇ ਵਿੱਚ ਹੈ ਜਦੋਂ ਅਸੀਂ ਉਹਨਾਂ ਦੀ ਮੰਗ ਕਰਾਂਗੇ ਜਿਵੇਂ ਧਾਮੀ ਹੈ ਹੁਣ ਐਡਵੋਕੇਟ ਧਾਮੀ ਹੋ ਸਾਡਾ ਕਿਹਨਾਂ ਸ਼੍ਰੋਮਣੀ ਪ੍ਰਧਾਨ ਹੈ ਉਸ ਤੋਂ ਪਹਿਲਾਂ ਜਿਹੜੇ ਰਹੇ ਹੈ ਇਹਨਾਂ ਸਾਰਿਆਂ ਤੋਂ ਮੰਗ ਕਰਾਂਗੇ ਅਸੀਂ ਜਾ ਕੇ ਤੇ ਗਲਤੀਆਂ ਤੇ ਇਹਨਾਂ ਜੇ ਇਹਨਾਂ ਨੇ ਕਰਵਾਈਆਂ ਹੋਈਆਂ ਬੇਅਦਵੀਆਂ ਜਿੰਨ ਗਾਇਬ ਕੀਤੇ ਹੋਏ ਤੇ ਭੱਜਣਗੇ ਤੁਹਾਡੀ ਗੱਲ ਹੋਈ ਟੈਸਟ ਵਾਸਤੇ ਵੀ ਤੁਸੀਂ ਟੈਸਟ ਕਰਾਉ ਹੋਏ ਬਿਲਕੁਲ ਜਾਵਾਂਗਾ ਮੈਂ ਉਹਨਾਂ ਦਾ ਵੈਸੇ ਨਹੀਂ ਹੋਈਗੀ ਲੇਕਿਨ ਜਾਵਾਂਗਾ ਉਹਨਾਂ ਕੋਲੇ ਵੀ ਜਾਵਾਂਗਾ ਸਾਰਿਆਂ ਕੋਲ ਤੱਕ ਕਿਹਨਾਂ ਨਾਲ ਗੱਲ ਹੋਈ ਤੁਹਾਡੀ ਕਿਹਨਾਂ ਨੂੰ ਕਿਹਾ ਵੀ ਆ ਟੈਸਟ ਕਰਾਓ ਮੈਂ ਇਹ ਜਿਹੜੀ ਮੇਰੀ ਟੈਲੀਫੋਨਿਕਲੀ ਗੱਲ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਹੈ ਨਾ 40 ਕ ਮੈਂਬਰਾਂ ਨਾਲ ਗੱਲ ਹੋਈ ਹੈ ਉਹ ਇਸ ਗੱਲ ਦੀ ਤਿਆਰ ਹੈ ਵੀ ਇਹ ਬਿਲਕੁਲ ਵਧੀਆ ਰਸਤਾ ਹੈ ਤੇ ਇਹਨੂੰ ਅਪਣਾਉਣਾ ਚਾਹੀਦਾ ਹੈ ਤੇ ਜਿਹੜੀ ਹੁਣ ਬੇਸਿਕ ਗੱਲ ਹੋਈ ਇਹਦੇ ਚ ਨਲਵੀ ਸਾਹਿਬ ਇਹਦੇ ਚ ਆਪਣੇ ਬਲਜੀਤ ਸਿੰਘ ਦਾਦੂਵਾਲ ਜੀ ਆਗੇ ਜਾਂ ਯੂਨਾਈਟਿਡ ਕਾਲੀਦਾਲ ਵਾਲੇ ਜਥੇਦਾਰ ਇਹ ਆ ਗਿਆ ਜਾਂ ਗੁਰਮੀਤ ਸਿੰਘ ਤਲੋਕੇ ਵਾਲਾ ਜੋ ਉਮੀਦ ਪ੍ਰਦਾਨਾ ਹੁਣ ਮੌਕੇ ਤੇ ਉਮੀਦ ਪ੍ਰਦਾਨਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਹਾਡੀ ਸਾਫ ਤੌਰ ਤੇ ਗੱਲ ਸਿਰਫ ਹਰਿਆਣਾ ਦੀ ਕਮੇਟੀ ਨਾਲ ਹੋਈ ਆ ਜਾਂ ਇੱਥੇ ਪੰਜਾਬ ਦੇ ਵਿੱਚ ਕਿਸੇ ਨਾਲ ਗੱਲ ਕੀਤੀ ਮੈਨੂੰ ਇਹਨੂੰ ਸ਼ੁਰੂਆਤ ਕੀਤੀ ਇਹਨੂੰ ਇਸ ਯੂਨਾਈਟਿਡ ਕਾਲੀਦਾਲ ਦੇ ਨਾਲ ਹੁਣ ਜਿਹੜੀ ਆ ਇਸ ਮਹਿੰਮ ਨੂੰ ਸ਼ੁਰੂ ਕੀਤੇ 12 ਤਰੀਕ ਤੋਂ ਸ਼ੁਰੂ ਕੀਤੀ ਹੈ ਇਹ ਮੁਹਿੰਮ 12 ਤਰੀਕ ਤੋਂ ਸ਼ੁਰੂ ਕੀਤੀ ਹੈ ਔਰ ਜਦੋਂ ਇਹਨੂੰ ਮੈਂ ਅੱਗੇ ਲੈ ਕੇ ਜਾਵਾਂਗਾ ਹੁਣ 12 ਤੋਂ ਅੱਜ ਕਿੰਨੀ ਹੋਈ 14 ਤਿੰਨ ਦਿਨ ਤਾਂ ਹੋਇਆ ਇਸ ਗੱਲ ਤੋਂ ਤਿੰਨ ਦਿਨਾਂ ਦੇ ਵਿੱਚ ਮੈਂ ਇਨੇ ਲੋਕਾਂ ਨੂੰ ਮਿਲਿਆ ਬਾਕੀ ਸਾਰੇ ਲੋਕਾਂ ਕੋਲ ਜਾਵਾਂਗਾ ਮੈਂ ਇਕਲੀਦਲ ਬਾਦਲ ਕੋਲ ਵੀ ਜਾਵਾਂਗਾ ਸੁਖਬੀਰ ਕੋਲ ਵੀ ਜਾਵਾਂਗਾ ਤੇ ਅਮਰਿੰਦਰ ਕੋਲ ਵੀ ਜਾਵਾਂਗਾ ਸਾਰਿਆਂ ਦੇ ਬੂਹੇ ਤੇ ਜਾਵਾਂਗਾ ਉੱਥੇ ਬੈਠਾਂਗਾ ਜੇ ਨਾ ਉਹ ਧਰਨਾ ਆਏ ਉਹ ਕਰਨਗੇ ਤਾਂ ਮੈਂ ਉਹਨਾਂ ਦੇ ਧਰਨਾ ਲਾਵਾਂਗਾ ਉਹਨਾਂ ਦੇ ਹੂਟਰ ਪਜਾਵਾਂਗਾ ਉਹਨਾਂ ਨੂੰ ਤੰਗ ਕਰਾਂਗਾ ਜਾਂਦਾ ਮੈਨੂੰ ਉਹ ਗ੍ਰਿਫਤਾਰ ਕਰਉਣਗੇ ਤੇ ਜਾਇ ਇਸ ਗੱਲ ਤੇ ਕਿਨਾਂ ਰਾਜੀ ਹੋਣਗੇ ਜੀ ਜੀ ਬਹੁਤ ਤਾਂ ਇਹਨਾਂ ਨੇ ਸਾਫ਼ ਤੌਰ ਤੇ ਇੱਕ ਜਿਹੜੀ ਹੈ ਤਕਨੀਕ ਕਹਿ ਸਕਦੇ ਆ ਨਵੀਂ ਕਿਉਂਕਿ ਸਚਾਈ ਬਾਹਰ ਕੱਢਣ ਵਾਸਤੇ ਕਿਉਂਕਿ ਸਿੱਖ ਸੰਗਤ ਲਗਾਤਾਰ ਇਨਸਾਫ਼ ਦੀ ਗੋਹਾਰ ਕਰ ਰਹੀ ਹੈ ਪਰ ਇਹਨਾਂ ਵੱਲੋਂ ਇੱਕ ਮੋਰਚਾ ਲਗਾਇਆ ਜਾਣਾ ਮੋਰਚੇ ਦਾ ਨਾਮ ਵੀ ਇਹ ਜਿਹੜੀ ਹੈ ਮਸ਼ੀਨ ਦੇ ਤੌਰ ਤੇ ਚੱਲੇਗਾ ਲਾਈਟ ਡਿਟੈਕਟਿਵ ਜਿਹੜੀ ਸੱਚ ਜਿਹੜੀ ਹੈ ਦੱਸ ਸਕੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਹਰਿਆਣਾ ਤੋਂ ਸ਼ੁਰੂਆਤ ਕਰ ਲਈ ਹੈ ਤਿੰਨ ਦਿਨ ਹੋਏ ਨੇ ਕਿ ਲੱਗਦਾ ਇਹਨਾਂ ਸੌਖਾ ਹੋਏਗਾ ਜਿਹੜੇ ਬੇਅਦਬੀ ਕਰ ਚੁੱਕੇ ਨੇ ਜਾਂ ਕਰਵਾਦੇ ਨੇ ਉਹਨਾਂ ਦਾ ਟੈਸਟ ਹੋ ਜਾਏਗਾ ਜਦੋਂ ਇਹਨਾਂ ਸੌਖੇ ਤਿਆਰ ਹੋ ਜਾਣਗੇ ਉਹਨਾਂ ਦੀ ਮਰਜ਼ੀ ਦੇ ਨਾਲ ਇਹ ਤਸਵੀਰ ਬਹੁਤ ਤੁਹਾਨੂੰ ਆਖੀ ਹੋਏਗੀ ਜੋ ਕਿ ਭਾਈ ਜਰਨੈਲ ਸਿੰਘ ਜੀ ਸਾਡੇ ਨਾਲ ਸੀ ਤੇ ਇਹਨਾਂ ਨੇ ਸਪੱਸ਼ਟ ਤੌਰ ਤੇ ਬਰੀਫਿੰਗ ਕੀਤਾ ਕਿਸ ਤਰ੍ਹਾਂ ਟੈਸਟ ਹੋਣਾ ਕਿਹੜੀ ਮਸ਼ੀਨ ਹੋਏਗੀ ਕਿੱਥੇ ਹੋਏਗਾ ਇਹ ਵੀ ਦੇਖਣਾ ਹੈਗਾ ਵਿਚਾਰ ਸਾਡੇ ਨਾਲ ਜੋ ਸਾਂਝ ਕਰਿਓ ਧੰਨਵਾਦ